ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਹੋਰ ਸੁਣਾਓ ਜੀ, ਕੀ ਹਾਲ ਚਾਲ ਨੇ ਸਭ ਦੇ? ਉਮੀਦ ਕਰਦੀ ਹਾਂ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਅੱਜ ਜੀ ਅਸੀਂ ਆਏ ਸੀ ਇੱਧਰ ਮਾਡਲ ਹਾਊਸ ਦੇਖਣ, ਅਮੈਰੀਕਾ ਦੇ ਘਰ, ਅਤੇ ਮੈਂ ਕਿਹਾ ਚਲੋ ਤੁਹਾਨੂੰ ਵੀ ਨਾਲ ਨਾਲ ਦਿਖਾ ਦਿੰਦੇ ਹਾਂ ਵੀ ਇੱਥੇ ਅਮੈਰੀਕਾ ਦੇ ਘਰ ਕਿੱਦਾਂ ਦੇ ਹੁੰਦੇ ਆ। ਸਪੈਸ਼ਲੀ ਅਸੀਂ ਇੱਥੇ ਆਏ ਸੀ ਔਫਿਸ ਦੇ ਮੂਹਰੇ ਖੜ੍ਹੇ ਹਾਂ, ਅਤੇ ਇਹ ਉਹਨਾਂ ਦਾ ਔਫਿਸ ਆ। ਜੇ ਤੁਸੀਂ ਘਰ ਆਪਣਾ ਬਾਏ ਕਰਨਾ ਚਾਹੁੰਦੇ ਆ ਇਸ ਕੰਪਨੀ ਕੋਲੋਂ, ਫਿਰ ਤੁਸੀਂ ਇੱਥੇ ਔਫਿਸ ਜਾ ਕੇ ਕੋਈ ਵੀ ਗੱਲਬਾਤ ਕਰ ਸਕਦੇ ਆ। ਅਤੇ ਆਹ ਸਾਰੇ ਮਾਡਲ ਹਾਊਸ ਬਣੇ ਹੋਏ ਆ। ਅਮੈਰੀਕਾ 'ਚ ਇੱਦਾਂ ਹੁੰਦਾ ਨਾ ਵੀ ਜਦੋਂ ਤੁਸੀਂ ਕੋਈ ਘਰ ਬਾਏ ਕਰਨਾ ਹੁੰਦਾ ਆ, ਇੱਥੇ ਹਰ ਇੱਕ ਕੰਪਨੀ ਵੀ ਉਹ ਇੱਕ ਇੱਕ ਘਰ ਹੈ ਨਾ, ਹਰ ਇੱਕ ਮਾਡਲ ਦਾ ਬਣਾ ਕੇ ਇੱਦਾਂ ਇੱਕ ਸਾਈਡ 'ਤੇ ਲਗਾ ਦਿੰਦੇ ਆ। ਅਤੇ ਉਹ ਜਿੱਦਾਂ ਜੇ ਤੁਸੀਂ ਲੈਣਾ ਘਰ, ਚਲੋ ਜਿੱਦਾਂ ਜੇ ਤੁਹਾਨੂੰ ਨਾ ਸਿੰਗਲ ਸਟੋਰੀ ਘਰ ਪਸੰਦ ਆ ਤੁਸੀਂ ਸਿੰਗਲ ਸਟੋਰੀ ਹਾਊਸ ਦੇਖ ਲਓ, ਜੇ ਤੁਹਾਨੂੰ ਡਬਲ ਸਟੋਰੀ ਪਸੰਦ ਆ ਤੁਸੀਂ ਡਬਲ ਸਟੋਰੀ ਪਸੰਦ ਕਰ ਸਕਦੇ ਆ ਨਾ, ਦੇਖ ਸਕਦੇ ਆ ਅੰਦਰੋਂ ਵੀ ਜਿਹੜਾ ਵੀ ਤੁਹਾਨੂੰ ਚੋਇਸ ਤੁਹਾਨੂੰ ਲੱਗਦਾ ਵੀ ਹਾਂਜੀ ਜੀ ਅਸੀਂ ਅਫੋਰਡ ਕਰ ਸਕਦੇ ਹਾਂ ਇਹ ਘਰ, ਫਿਰ ਤੁਸੀਂ ਉਹ ਬਾਏ ਕਰ ਸਕਦੇ ਹਾਂ। ਹਾਂਜੀ ਜੀ, ਆਹ ਘਰ ਬਣੇ ਹੋਏ ਆ, ਆਹ ਸਿੰਗਲ ਸਟੋਰੀ ਘਰ ਆ, ਡਬਲ ਸਟੋਰੀ ਘਰ ਆ। ਇਹ ਜਿਹੜੇ ਘਰ ਆ ਨਾ, ਇਹਨਾਂ ਨੂੰ ਲੌਕ ਲੱਗੇ ਹੁੰਦੇ ਆ ਵੀ ਜੇ ਤੁਸੀਂ ਟੂਰ ਲੈਣਾ ਚਾਹੁੰਦੇ ਆ ਨਾ, ਤਾਂ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਉਹਨਾਂ ਤੋਂ ਕੋਡ ਲੈ ਸਕਦੇ ਆ। ਉਹ ਤੁਹਾਨੂੰ ਕੋਡ ਭੇਜੂਗੇ ਤੁਹਾਡੇ ਫੋਨ 'ਤੇ ਸਪੈਸ਼ਲ, ਕਿ ਤਾਂ ਕਿ ਤੁਸੀਂ ਇਸ ਘਰ ਨੂੰ ਦੇ ਅੰਦਰ ਜਾ ਕੇ ਤਾਂ ਤੁਸੀਂ ਦੇਖ ਸਕੋ ਘਰ। ਅਤੇ ਤੁਹਾਨੂੰ ਮੈਂ ਦਿਖਾ ਦਿੰਦੀ ਹਾਂ ਵੀ ਕਿੱਦਾਂ ਕੋਡ ਲਗਾਈਦਾ। ਅਸੀਂ ਜਾਣਾ ਹੈ ਹਲੇ ਘਰ ਐਂਡਲਾ ਦੇਖਣ ਜਾਣਾ ਆ, ਪਰ ਆਹ ਸਾਰੇ ਘਰ ਅਵੇਲੇਬਲ ਆ। ਜਿਹੜਾ ਮੇਰੀ ਸਿਸਟਰ ਨਾਲ ਉਹਨੇ ਘਰ ਲਿਆ ਨਾ, ਇਹ ਉਸ ਘਰ ਦਾ ਮਾਡਲ ਆ। ਉਹਨੇ ਪਹਿਲਾਂ ਇਹ ਮਾਡਲ ਦੇਖਿਆ ਸੀ, ਫਿਰ ਉਹਨਾਂ ਨੂੰ ਇਹ ਘਰ ਬਹੁਤ ਪਸੰਦ ਆਇਆ ਤਾਂ ਉਹਨੇ ਲੈ ਲਿਆ। ਆਹ ਜਿਹੜਾ ਆਹ ਘਰ ਦੇ ਸਕੇਅਰ ਫੁੱਟ ਹੁੰਦੇ ਆ ਵੀ ਕਿੰਨਾ ਸਕੇਅਰ ਫੁੱਟ ਆ ਘਰ, ਕਿੰਨੇ ਬੈਡਰੂਮ ਆ, ਕਿੰਨੇ ਕਾਰ ਗਰਾਜ ਆ, ਇਹ ਸਾਰੀ ਇਨਫੋਰਮੇਸ਼ਨ ਮੂਹਰੇ ਲਿਖੀ ਹੋਈ ਹੁੰਦੀ ਆ, ਤਾਂ ਕਿ ਤੁਸੀਂ ਤੁਹਾਨੂੰ ਪਤਾ ਹੋਵੇ ਵੀ ਕਿੰਨੇ ਸਕੇਅਰ ਫੁੱਟ ਆ, ਕੀ ਕੁਛ ਆ ਇਸ ਘਰ ਵਿੱਚ ਦੀ ਸਾਰਾ ਕੁਛ ਨਾ। ਇੱਥੇ ਆ ਫੁੱਲ ਬੂਟੇ ਵੀ ਬਹੁਤ ਵਧੀਆ ਲਗਾਉਂਦੇ ਆ, ਉਹਦੇ ਗੁਲਾਬ ਦੇ ਫੁੱਲ ਕਿੰਨੇ ਸੋਹਣੇ ਲੱਗੇ ਆ। ਇੱਧਰਲੇ ਪਾਸੇ ਵੀ ਆ ਸਾਰੇ ਮਾਡਲ ਬਣੇ ਹੋਏ ਆ। ਆ ਜਿਹੜੀ ਪੂਰੀ ਗਲੀ ਆ ਨਾ, ਇਹ ਸਾਰੇ ਮਾਡਲ ਹਾਊਸਾਂ ਦੀ ਆ, ਕਿਉਂਕਿ ਜਦੋਂ ਵੀ ਕਿਸੇ ਨੇ ਘਰ ਲੈਣਾ ਹੈ ਇੱਥੇ ਉਹਨੀ ਅਪੁਆਇੰਟਮੈਂਟ ਲੈਣੀ ਆ, ਅਤੇ ਇੱਥੇ ਆ ਕੇ ਘਰ ਦੇਖਣਾ ਹੈ ਜੇ ਕਿਸੇ ਨੇ ਬਾਏ ਕਰਨਾ ਆ। ਤਾਂ ਆਹ ਹੈਗਾ ਸਿੰਗਲ ਸਟੋਰੀ, ਇਸ ਘਰ ਦੀ ਲੁੱਕ ਵੀ ਬਹੁਤ ਵਧੀਆ ਆ। ਹਰ ਇੱਕ ਘਰ ਜਿੱਦਾਂ ਨਾ, ਜੇ ਦੇਖੋ ਸਿੰਗਲ ਸਟੋਰੀ ਦੇਖੋ ਉਹ ਵੀ ਬਹੁਤ ਸੋਹਣਾ ਆ, ਡਬਲ ਸਟੋਰੀ ਦੇਖੋ ਉਹ ਵੀ ਬਹੁਤ ਵਧੀਆ ਲੱਗਦਾ ਆ। ਆਹ ਦੇਖੋ ਉਹ ਕਿੰਨਾ ਘਰ ਕਿੰਨਾ ਸੋਹਣਾ ਲੱਗਦਾ, ਕਿੰਨਾ ਵੱਡਾ ਲੱਗਦਾ ਆ। ਇਹਨਾਂ ਘਰਾਂ ਦੇ ਕਲਰ ਕੰਬੀਨੇਸ਼ਨ ਵੀ ਬਹੁਤ ਵਧੀਆ ਲੱਗਦੇ ਆ। ਇੱਥੇ ਨਾ ਅਮੈਰੀਕਾ 'ਚ ਰੂਲ ਆ ਵੀ ਜਦੋਂ ਕੋਈ ਇੱਥੇ ਘਰ ਬਣਦਾ ਹੈ ਨਾ, ਉਸ ਘਰ ਦੇ ਵਿੱਚ ਇੱਕ ਜਾਂ ਦੋ ਟ੍ਰੀ ਲਗਾਉਣੇ ਬਹੁਤ ਜ਼ਰੂਰੀ ਆ, ਕਿਉਂਕਿ ਹਰ ਇੱਕ ਕੋਈ ਵੀ ਇੱਥੇ ਤੁਸੀਂ ਘਰ ਦੇਖ ਲਓ ਉਸ ਉਹਦੇ ਵਿੱਚ ਦੋ ਜਾਂ ਤਿੰਨ ਟ੍ਰੀ ਹੁੰਦੇ ਆ, ਜਾਂ ਬੈਕਯਾਰਡ 'ਚ ਜੇ ਕਿਸੇ ਨੇ ਲਾਉਣਾ ਉਹਨਾਂ ਦੀ ਚੋਇਸ ਹੁੰਦੀ ਆ। ਆਹ ਵੀ ਸਿੰਗਲ ਸਟੋਰੀ ਘਰ ਆ, ਇਹ ਸਾਰੇ ਦੋ ਕਾਰ ਗਰਾਜਾਂ ਦੇ ਆ, ਅਤੇ ਜਿਹੜੇ ਇੱਕ ਦੋ ਘਰ ਆ ਇਹਨਾਂ ਵਿੱਚ ਜਿਨ੍ਹਾਂ ਦੇ ਵਿੱਚ ਤਿੰਨ ਕਾਰ ਗਰਾਜ ਆ ਉਹ ਵੀ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਅਸੀਂ ਹੁਣ ਤੁਹਾਨੂੰ ਆਹ ਘਰ ਦਿਖਾਉਣ ਜਾ ਰਹੇ ਹਾਂ। ਅਸੀਂ ਇਸ ਘਰ ਦੇ ਲਈ ਕੋਡ ਜਿੱਦਾਂ ਮੰਗਵਾਇਆ ਹੈ ਤਾਂ ਕਿ ਅਸੀਂ ਅੰਦਰ ਜਾ ਸਕੀਏ। ਅਵੇਲੇਬਲ ਆ ਇਹ ਘਰ ਹਲੇ, ਅਤੇ ਘਰ ਹੈਗਾ ਲੈਪਿਸ ਏਰੀਏ ਦਾ ਅਤੇ ਨੈਕਸਟ ਜਨ ਆ। ਅਤੇ ਇਹ ਘਰ ਹੈਗਾ ਆ 3312 ਸਕੇਅਰ ਫੁੱਟ, ਇਹਦੇ ਵਿੱਚ ਚਾਰ ਬੈਡਰੂਮ ਆ ਅਤੇ 3.5 ਬਾਥ ਆ, ਅਤੇ ਇੱਥੇ ਇੱਕ ਲੋਫਟ ਵੀ ਅਲੱਗ ਲਿਵਿੰਗ ਰੂਮ ਹੁੰਦਾ ਬਣਿਆ, ਅਤੇ ਤਿੰਨ ਕਾਰ ਗਰਾਜ ਆ। ਹੁਣ ਇਹਨੇ ਸਾਨੂੰ ਕੋਡ ਭੇਜ ਦਿੱਤਾ ਹੈ ਅਤੇ ਮੈਂ ਲੱਗੀ ਹਾਂ ਖੋਲਣ, ਮੈਂ ਕੋਡ ਲੱਗੀ ਲੈਣ। ਇਹ ਕੋਡ ਸਿਰਫ ਵਨ ਟਾਈਮ ਯੂਜ ਲਈ ਹੁੰਦਾ ਆ। ਓਕੇ, ਹੁਣ ਇਸ ਚੱਲੇ ਅੰਦਰ, ਲਾਈਟਸ ਆਪ ਹੀ ਆਨ ਹੋ ਗਈਆਂ ਇਸ ਘਰ ਦੀਆਂ। Look at this beautiful house. ਹੁਣ ਅਸੀਂ ਅੰਦਰ ਆ ਗਏ ਹਾਂ, ਡੋਰ ਅਸੀਂ ਕਲੋਜ਼ ਕਰ ਦਿੱਤਾ ਆ। ਇਹ ਆਹ ਪੌੜੀ ਜਾਂਦੀ ਹੈ ਇਹ ਕੋਠੇ 'ਤੇ ਜਾਣ ਨੂੰ, ਅਤੇ ਪਹਿਲਾਂ ਅਸੀਂ ਜਾਂਦੇ ਹਾਂ ਇੱਧਰ। ਹੁਣ ਅਸੀਂ ਚੱਲੇ ਲਿਵਿੰਗ ਏਰੀਆ ਵੱਲ, ਇੱਧਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਵਾਹ, ਕਿੰਨਾ ਵਧੀਆ ਲੱਗਦਾ, ਕਿੰਨਾ ਬਿਊਟੀਫੁੱਲ ਆ। ਆਹ ਜਿਹੜਾ ਇੱਧਰਲੀ ਸਾਈਡ 'ਤੇ ਆ, ਆਹ ਬਾਥਰੂਮ ਹੁੰਦਾ ਆ,
एक गेस्ट बाथरूम होंदा है, गेस्ट भी यूज कर सकते हैं, फैमिली मेंबर भी यूज कर सकते हैं। तो इतने अंदर आके कोट कूट टंगण नू जो तुम अंदर इतों की एंट्री करनी है, या है इतने बैठ के तुम शू वगैरह पा सकते हैं। इधरों लॉक लगा हुआ है पर इतने गड्डिया खड़िया करने तीन कार गराज है। आ एक्सट्रा क्लोजेट है जो तुम अपना कोट वगैरह एक्सट्रा कपड़े तुम थले रखना चाहते हैं तो कुछ भी स्टोरेज का समान तुम इतने रख सकते हो। ब्यूटीफुल लुक एट द किचन, देखो कितनी सोहनी किचन है। आ फ्रिज है, आ माइक्रोवेव, आ ओवन है, ते आ इधर भी ओवन है क्योंकि घर वाले जड़े ना दो ओवन दिंदे पे जो भी तुसी घर बाय करते हैं ना, ये तो यूजली एक हुंदा है। आ कितना वधिया इन्हां दा चुल्हा, आ हैगी है चिमनी, आ डिशवाशर हुंदा है, इहदे विच भांडे धोईदे आ। काउंटर टॉप कितना सोहना लगता है ना, कलर कितना प्यारा है, ग्रे कलर, वाइट ते ग्रे कलर का कॉम्बीनेशन कितना वधिया है। आ इधर हैगा डाइनिंग एरिया, अठ चेयरां वाला डाइनिंग एरिया है, काफी वड्डा है, इहदी विंडो भी देखो कितनी वड्डी वधिया वड्डी बनाई हुई है, काफी ब्यूटीफुल लगता है। इधरले पासे हैगी पेंट्री जे विच तुसी राशन पानी अपना रखते हैं, इधरला डोर खोल देनी है। इत्थे शेल्फां बनियां हुई हैं, दालां सब्जियां तुसी जो भी मतलब ग्रोसरी दे नाल रिलेटेड है इत्थे रख सकते हैं, काफी खुली बनाई हुई है। इधर आ जाता लिविंग एरिया जिथे सारी फैमिली कट्ठे बैठ के टीवी देखती है, देखो कितना सोहना सजाया हुआ है। इन्हें एक ये भी चीज़ मैंने बहुत वधिया लगती है, जो मॉडलिंग हाउस तैयार करते हैं ना इन्ने सोहने तरीके तैयार करते हैं ना, जी करता हुंदा हुणे ही बुक करा लईए घर। जो असी घर देखते सी ना, असी इदा घर देख जो जाते होंगे सके, एवरी टाइम जेडे घर च भी मैं जाती हूँ मैं कहती हरीश आ ला लीए आ ला लीए घर, आई मीन इन्ने वधिया तरीके तैयार करते हैं ना घर। वे हुण देखो लिविंग रूम कितना अच्छा लगता है ना, कितना शांत जहा लगता है, क्लीन लगता है, भी जी करता है भी मतलब इदा का घर हो। हैगी बैकयार्ड, ये डोर लॉक लाए उन्हें सेफ्टी पक्षों बाहर नहीं जा सकते, तो बाहर इतने पैटियो एक बने बनाया मिलता है घर के पिछे, तो उत्थे इदा चेयरां लाइया होंगे बाहर बैठने, काफ़ी वधिया लगता है। और पर ला ग्रिलर बारबीक्यू करन दे लई, जिथों असीं एंटर होए सी ना उहदे सज्जे पासे एक होर बैडरूम है, वो भी मैं दिखा दिंदी हाँ। आदि उहदे विच भी एक लिविंग रूम है, जे तुहाडे घर गैसट आउंदे आ जे सैपरेट बैठना किसी ने इत्थे भी बैठ सकते हैं, वधिया है। इहदे विच जिद्दां आ लॉन्ड्रियां लई आ, जिद्दां इत्थे लॉन्ड्री दे जिहदे विच कपड़े धोईदे आ वो रखण लई जगह इह बनाई हुई है। आदे इक इत्थे बैडरूम भी बनिया होया है, ते आ नाले इक क्लोजेट है इत्थे कपड़े कपड़े रखण नूं, आ काफ़ी वड्डी लगती है, डोर दोनों पासे खुल जाता है। काफी वाइड खुली है जिदा इतने कपड़े रखने नूं, इतने हर एक कमरे में एक विंडो होंदी है, वो वधिया लगता भी जो रात में सौंदे तो हवा हवादार होंदा कमरा खोल के कट तक ही सौं ते। इतने भी है स्टोरेज रूम, इतने तुसी कोई समान एक्सट्रा तुहाडे कोल हैगा तो रख सकते हैं। हर एक चीज कितनी बढ़िया सजाई हुई है। आ जाओ हम उपर चलते हैं, देखते हैं उपर जाके। छोटा ना घूम करना है, आ
ਬਣਾ ਦੇ ਆਹ ਏਰੀਏ ਨੂੰ ਲੋਫਟ ਕਹਿੰਦੇ ਆ ਲਿਵਿੰਗ ਰੂਮ ਵਾਂਗੂ ਹੁੰਦਾ ਪਰ ਉੱਪਰਲਾ ਪੋਰਸ਼ਨ ਨੂੰ ਲੋਫਟ ਕਹਿੰਦੇ ਆ ਇੱਥੇ ਦੇਖੋ ਵੀ ਕਿੰਨਾ ਵਧੀਆ ਸਜਾਇਆ ਹੋਇਆ ਹੈ ਆ ਲੋਫਟ ਦੇ ਨਾ ਪਿਛਲੇ ਪਾਸੇ ਇੱਧਰ ਲਾਂਡਰੀ ਰੂਮ ਬਣਿਆ ਹੋਇਆ ਹੈ ਅੱਜ ਮੈਂ ਦਿਖਾ ਦਿੰਦੀ ਹਾਂ ਆਦੇ ਹਲ ਆ ਲਾਂਡਰੀ ਰੂਮ ਆ ਆ ਸ਼ੈਲਫਾਂ ਬਣੀਆਂ ਹੋਈਆਂ ਆ ਲਾਂਡਰੀ ਦੇ ਵਿੱਚ ਇੱਕ ਸਿੰਕ ਦਿੰਦੇ ਆ ਤੇ ਨਾਲ ਹੁੰਦੀਆਂ ਕੈਬਨਿਟਸ ਤੇ ਵਿੱਚ ਸੋ ਆਪਣਾ ਜੋ ਵੀ ਤੁਸੀਂ ਰੱਖਣਾ ਚਾਹੁੰਦੇ ਆ ਸਾਬਣ ਸੋਡਾ ਜੋ ਵੀ ਜਿੱਦਾਂ ਲਾਂਡਰੀ ਦੇ ਨਾਲ ਰਿਲੇਟਡ ਆ ਨਾ ਇੱਥੇ ਰੱਖ ਸਕਦੇ ਆ ਤੇ ਲਾਂਡਰੀ ਦੇ ਵਿੱਚ ਆ ਸ਼ੈਲਫਾਂ ਬਣੀਆਂ ਹੋਈਆਂ ਆ ਇਹਨਾਂ ਦੇ ਵਿੱਚ ਤੁਸੀਂ ਕੱਪੜੇ ਧੋ ਕੇ ਬੈਡਸ਼ੀਟਾਂ ਵਗੈਰਾ ਸਾਰਾ ਕੁਝ ਇੱਥੇ ਫੋਲਡ ਕਰਕੇ ਰੱਖ ਸਕਦੇ ਆ ਉੱਪਰ ਇੱਥੇ ਨਾ ਤਿੰਨ ਕਮਰੇ ਆ ਟੋਟਲ ਮੈਂ ਤੁਹਾਨੂੰ ਦਿਖਾਉਂਦੀ ਹਾਂ ਹੁਣ ਕਮਰੇ ਕਿੱਥੇ ਕਿਹੜੇ ਕਿਹੜੇ ਆ ਇੱਧਰ ਸ਼ੁਰੂ ਕਰਦੇ ਹਾਂ ਆ ਇੱਕ ਕਮਰਾ ਹੈ ਜਿੱਦਾਂ ਇਹਨੂੰ ਪੂਰਾ ਮੁੰਡੇ ਦੀ ਥੀਮ ਦਿੱਤੀ ਹੋਈ ਹੈ ਵੀ ਇਹ ਮੁੰਡਿਆਂ ਲਈ ਕਮਰਾ ਜਿੱਦਾਂ ਤਿਆਰ ਕੀਤਾ ਹੁੰਦਾ ਨਾ ਇੱਦਾਂ ਆ ਬਣਾਇਆ ਹੋਇਆ ਕਿੰਨਾ ਸੋਹਣਾ ਲੱਗਦਾ ਨਾ ਇੱਦਾਂ ਡੈਕੋਰੇਸ਼ਨ ਕੀਤੀ ਹੋਈ ਆ ਦੇਖ ਲਓ ਇਸ ਕਮਰੇ 'ਚ ਵੀ ਦੋ ਤਾਕੀਆਂ ਨਹੀਂ ਦਿੱਤੀਆਂ ਹੋਈਆਂ ਆ ਤੇ ਆ ਕੈ ਕੱਪੜਿਆਂ ਵਾਲੀ ਕਲੋਜ਼ਟ ਤਾਂ ਹਰ ਇੱਕ ਕਮਰੇ 'ਚ ਹੁੰਦੀ ਹੀ ਹੁੰਦੀ ਹੈ ਆਦੇ ਮਾਡਲ ਹਾਊਸ 'ਚ ਵੀ ਉਹਨੇ ਇੱਕ ਦੋ ਕੱਪੜੇ ਇੱਦਾਂ ਰੱਖੇ ਹੋਏ ਆ ਦਿਖਾਉਣ ਲਈ ਤੇ ਆ ਹੈਗਾ ਨਾਲ ਹੈ ਲੱਗਦਾ ਹੈਗਾ ਬਾਥਰੂਮ ਆ ਹੈਗਾ ਕਮਰੇ ਦੇ ਨਾਲ ਲੱਗਦਾ ਹੈ ਬਾਥਰੂਮ ਇਹਦੇ ਵਿੱਚ ਦੋ ਸਿੰਕ ਆ ਤੇ ਇੱਕ ਟੱਬ ਆ ਬਾਥਟੱਬ ਇਹ ਵੀ ਦੇਖ ਲਓ ਕਿੰਨਾ ਵਧੀਆ ਸਜਾਇਆ ਹੋਇਆ ਹੈ ਆਦੇ ਇੱਕ ਟੱਬ ਦੇ ਵਿੱਚ ਸ਼ਾਵਰ ਲੱਗਾ ਹੋਇਆ ਹੈ ਹਾਂਜੀ ਮੈਂ ਤੁਹਾਨੂੰ ਨੈਕਸਟ ਕਮਰਾ ਦਿਖਾਉਂਦੀ ਹਾਂ ਆਦੇ ਇੱਕ ਹੋਰ ਕਮਰਾ ਇਹ ਥੋੜ੍ਹਾ ਉਹਦੇ ਤੋਂ ਵੱਡਾ ਲੱਗਦਾ ਹੈ ਪਰ ਇਹ ਵੀ ਕਿੰਨਾ ਸੋਹਣਾ ਇਹਨੂੰ ਥੀਮ ਦਿੱਤੀ ਹੋਈ ਆ ਇਹ ਵੀ ਮੁੰਡਿਆਂ ਲਈ ਕਮਰਾ ਜਿੱਦਾਂ ਸਜਾਉਂਦੇ ਆ ਨਾ ਉੱਦਾਂ ਸਜਾਇਆ ਹੋਇਆ ਆ ਆਦੇ ਤਾਕੀ ਵਿੱਚ ਇੱਥੇ ਪਿਛਲੀ ਸੜਕ ਦਿਸਦੀ ਹੈ ਕਿੰਨਾ ਵਧੀਆ ਲੱਗਦਾ ਹੋ ਉਹਦੇ ਇੱਧਰ ਦੀਦੀ ਹੈ ਮੇਨ ਰੋਡ ਆ ਹੈਗੀ ਕਲੋਜ਼ਟ ਕੱਪੜੇ ਟੰਗਣ ਨੂੰ ਇਹਦੇ ਵਿੱਚ ਵੀ ਕੱਪੜੇ ਟੰਗੇ ਹੋਏ ਆ ਮੈਂ ਚੱਲ ਹੁਣ ਨੈਕਸਟ ਕਮਰਾ ਦਿਖਾਉਂਦੀ ਹਾਂ ਤੁਹਾਨੂੰ ਹੁਣ ਆਉਣਾ ਹੈ ਮੇਨ ਕਮਰਾ ਇਸ ਘਰ ਦਾ ਜਿਹਨੂੰ ਮਾਸਟਰ ਬੈਡਰੂਮ ਕਹਿੰਦੇ ਆ ਚਲੋ ਉਹ ਦੇਖਦੇ ਹਾਂ ਹੁਣ ਇਹ ਘਰ ਦਾ ਮੇਨ ਮੈਂਬਰ ਜਿਹੜਾ ਹੁੰਦਾ ਆ ਉਹਦਾ ਕਮਰਾ ਹੁੰਦਾ ਆ ਇਹ ਸਭ ਤੋਂ ਵੱਡਾ ਕਮਰਾ ਹੁੰਦਾ ਆ ਯੂਜ਼ਲੀ ਘਰ 'ਚ ਬਹੁਤ ਵਧੀਆ ਤਰੀਕੇ ਨਾਲ ਸਜਾਉਂਦੇ ਆ ਜਿੱਦਾਂ ਆਈ ਮੀਨ ਜਿੱਦਾਂ ਜੀ ਕਰਦਾ ਵੀ ਹਾਂਜੀ ਜੀ ਇਹ ਘਰ ਹੁਣੇ ਹੀ ਲੈ ਲਈਏ ਇੱਧਰਲੇ ਪਾਸੇ ਹੈਗਾ ਆ ਇਹ ਇਸ ਰੂਮ ਨੂੰ ਕਹਿੰਦੇ ਆ ਰੀਟਰੀਟ ਪਰ ਲੋਕ ਜਿੱਦਾਂ ਜ਼ਿਆਦਾਤਰ ਹੁੰਦਾ ਵੀ ਇਹਦੇ ਵਿੱਚ ਜਿੱਦਾਂ ਆਫਿਸ ਵੀ ਬਣਾ ਲੈਂਦੇ ਆ ਕੁਛ ਵੀ ਬਣਾ ਸਕਦੇ ਬੱਚਿਆਂ ਦੇ ਲਈ ਛੋਟਾ ਜਿਹਾ ਕਮਰਾ ਇੱਥੇ ਤਿਆਰ ਕਰ ਸਕਦੇ ਆ ਜੇ ਬੱਚੇ ਨਾਲ ਸੌਂਦੇ ਆ ਇੱਥੇ ਵੀ ਸੜਕ ਦਿਸਦੀ ਹੈ ਆਦੇ ਨਾ ਇਸ ਘਰ ਦੀ ਬੈਕ ਹੈ ਇੱਥੋਂ ਦੀ ਸਾਫ਼ ਦਿਸਦੀ ਹੈ ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਇਸ ਕਮਰੇ ਦਾ ਬਾਥਰੂਮ ਦੇਖੋ ਹਰ ਇੱਕ ਕਮਰੇ ਨੂੰ ਨਾ ਕਿੰਨੀਆਂ ਕਿੰਨੀਆਂ ਤਾਕੀਆਂ ਲੱਗੀਆਂ ਤਿੰਨ ਤਾਕੀਆਂ ਇਹਨੂੰ ਆ ਤੇ ਪਿਛਲੇ ਨੂੰ ਦੋ ਤਾਕੀਆਂ ਆ ਆਏ ਸ਼ਾਵਰ ਰੂਮ ਮਾਸਟਰ ਬੈਡਰੂਮ ਦਾ ਆ ਟੱਬ ਆ ਦੋ ਸਿੰਕ ਲੱਗੇ ਹੋਏ ਆ ਇੱਧਰਲੇ ਪਾਸੇ ਟੋਇਲਟ ਆ ਇਸ ਬਾਥਰੂਮ ਮਾਸਟਰ ਬੈਡਰੂਮ 'ਚ ਤੇ ਆਇਆ ਮਾਸਟਰ ਬੈਡਰੂਮ ਦੀ ਕਲੋਜ਼ਟ ਕੱਪੜੇ ਟੰਗਣ ਵਾਲੀ ਜਿੱਥੇ ਕੱਪੜੇ ਰੱਖਦੇ ਦੇਖੋ ਕਿੰਨੀ ਸੋਹਣੀ ਬਣਾਈ ਹੋਈ ਆ ਇੱਥੇ ਜਿੱਦਾਂ ਮੈਂ ਪਰਸ ਰੱਖ ਸਕਦੀ ਹਾਂ ਸ਼ੂਜ਼ ਰੱਖ ਸਕਦੀ ਹਾਂ ਆਪਣੇ ਸੈਂਡਲ ਸਾਰਾ ਕੁਛ ਕਿੰਨਾ ਵਧੀਆ ਬਣਾਇਆ ਹੋਇਆ
ਸਾਨੂੰ ਤਾਂ ਇਹ ਘਰ ਬਹੁਤ ਸੋਹਣਾ ਲੱਗਾ। ਹੁਣ ਬਾਕੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਘਰ ਕਿੱਦਾਂ ਦਾ ਲੱਗਾ। ਜੇ ਤੁਹਾਨੂੰ ਕੋਈ ਵੀ ਕੁਐਸਚਨ ਇਸ ਘਰ ਦੇ ਬਾਰੇ ਪੁੱਛਣਾ ਤੁਸੀਂ ਚਾਹੁੰਦੇ ਆ ਤਾਂ ਮੈਨੂੰ ਤੁਸੀਂ ਕਮੈਂਟ ਬਾਕਸ 'ਚ ਆ ਕੇ ਤੁਸੀਂ ਪੁੱਛ ਸਕਦੇ ਆ। ਇਹ ਜਿਹੜਾ ਮਾਡਲ ਹਾਊਸ ਆ ਨਾ, ਇਹ ਸਾਡੇ ਘਰ ਨਾਲ ਦਾ ਨਹੀਂ ਗਾ। ਅਸੀਂ ਤੁਹਾਨੂੰ ਆਪ ਹੀ ਨਹੀਂ ਸਾਡੇ ਘਰ ਦਾ ਮਾਡਲ ਦਿਖਾਇਆ, ਕਿਉਂਕਿ ਅਸੀਂ ਜਦੋਂ ਵੀ ਤੁਹਾਨੂੰ ਦਿਖਾਉਂਗੇ ਸਾਡੇ ਘਰ ਦਾ ਟੂਰ ਸਿੱਧਾ ਦਊਂਗੇ। ਜਦੋਂ ਨਾ ਤੁਸੀਂ ਸਾਰੇ ਮਾਡਲ ਹਾਊਸ ਦੇਖ ਲੈਂਦੇ ਆ ਤੇ ਜਿਹੜਾ ਵੀ ਤੁਹਾਨੂੰ ਘਰ ਪਸੰਦ ਆ, ਜਿਹੜਾ ਵੀ ਮਾਡਲ ਹਾਊਸ ਤੁਹਾਨੂੰ ਪਸੰਦ ਆਇਆ ਆ, ਵੀ ਤੁਸੀਂ ਉਹ ਘਰ ਬੁੱਕ ਕਰਾ ਸਕਦੇ ਆ। ਬੁੱਕ ਕਰਕੇ ਤੁਹਾਨੂੰ ਜਦੋਂ ਬੁੱਕ ਹੋਣ ਤੋਂ ਬਾਅਦ ਨਾ 7 ਤੋਂ 8 ਮਹੀਨੇ ਲੱਗ ਜਾਂਦੇ ਆ ਘਰ ਬਣਨ ਨੂੰ। ਕਾਫੀ ਲੰਬੀ ਪ੍ਰੋਸੈਸ ਆ। ਇੱਥੇ ਹਰ ਇੱਕ ਬਿਲਡਰ ਦਾ ਆਪਣਾ ਸਿਸਟਮ ਆ। ਇੱਥੇ ਘਰ ਵਿੱਚ ਤੁਸੀਂ ਜਿਹੜੀ ਵੀ ਚੀਜ਼ ਦੇਖ ਰਹੇ ਆ ਇਹ ਸਾਰੀ ਅਪਗ੍ਰੇਡਡ ਆ, ਇਹ ਇੱਦਾਂ ਹੀ ਮਿਲਣੀ ਆ। ਇੱਕ ਆ ਫਰਨੀਚਰ ਨੂੰ ਛੱਡ ਕੇ ਆ, ਫਰਨੀਚਰ ਨਹੀਂ ਵਿੱਚ ਮਿਲਣਾ ਹੈਗਾ, ਤੇ ਇੱਕ ਫਲੋਰ ਜਿਹੜੀ ਹੈ ਇਹ ਤੁਹਾਡੀ ਆਪਸ਼ਨਲ ਆ। ਜੇ ਤੁਸੀਂ ਇਹ ਅਪਗ੍ਰੇਡ ਕਰਾਉਣੀ ਹੈ ਇਹਦੇ ਐਕਸਟਰਾ ਚਾਰਜਿਸ ਹੁੰਦੇ ਆ, ਨਹੀਂ ਤਾਂ ਤੁਹਾਨੂੰ ਉੱਥੇ ਕਾਰਪੇਟ ਹੀ ਮਿਲਦੀ ਆ। ਇਹ ਜਿਹੜਾ ਬਿਲਡਰ ਆ ਨਾ, ਜਦੋਂ ਤੁਸੀਂ ਇੱਥੋਂ ਘਰ ਬਾਏ ਕਰਦੇ ਆ ਤੇ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਫਰਿੱਜ, 2 ਓਵਨ, ਮਾਈਕ੍ਰੋਵੇਵ ਤੇ ਚੁੱਲ੍ਹਾ ਤੁਹਾਨੂੰ ਫ੍ਰੀ ਦਿੰਦੇ। ਬਾਕੀ ਜੇ ਅਸੀਂ ਹੁਣ ਘਰ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਇਸ ਘਰ ਦੀ ਪ੍ਰਾਈਸ ਜਿਹੜੀ ਆ 8.5 ਤੋਂ ਲੈ ਕੇ 9 ਲੱਖ ਤੱਕ ਆ। ਬਾਕੀ ਹਰ ਇੱਕ ਘਰ ਦੀ ਪ੍ਰਾਈਸ ਅਲੱਗ ਆ। ਇਸ ਟਾਈਮ ਨਾ ਕੈਲੀਫੋਰਨੀਆ 'ਚ ਘਰ ਬਹੁਤ ਜ਼ਿਆਦਾ ਮਹਿੰਗੇ ਆ, ਅਤੇ ਜੇ ਤੁਸੀਂ ਐਵਰੇਜ ਜਿਹਾ ਘਰ ਲੈਣਾ ਹੈ ਨਾ ਤਾਂ ਇੱਥੇ 5 ਲੱਖ ਤੱਕ ਤੁਹਾਨੂੰ ਘਰ ਮਿਲੂਗਾ। ਪਰ ਵੈਸੇ ਜੇ ਇਸ ਸਾਡੇ ਏਰੀਏ ਵਿੱਚ, ਅਤੇ ਜੇ ਤਾਂ ਤੁਸੀਂ ਵੱਡਾ ਘਰ ਦੇਖ ਰਹੇ ਹੋ ਜਿੱਦਾਂ ਕਿ ਹੁਣ ਅਸੀਂ ਆਹ ਘਰ ਦੇਖਿਆ ਆ, ਫਿਰ ਤੁਹਾਨੂੰ 1 ਮਿਲੀਅਨ ਤੱਕ ਇਹ ਘਰ ਮਿਲੂਗਾ। ਲਓ ਜੀ, ਹੁਣ ਅਸੀਂ ਆ ਗਏ ਹਾਂ ਬਾਹਰ, ਅਸੀਂ ਦੇਖ ਲਿਆ ਘਰ। ਜੇ ਕਿਸੇ ਦਿਨ ਮੇਰਾ ਟਾਈਮ ਲੱਗਾ ਨਾ ਤਾਂ ਇਹ ਘਰ ਕਿੱਦਾਂ ਬਣਦੇ ਆ ਮੈਂ ਤੁਹਾਨੂੰ ਉਹ ਵੀ ਦਿਖਾ। ਬਸ ਜੀ, ਅੱਜ ਦਾ ਬਲੌਗ ਸਾਡਾ ਇੰਨਾ ਹੀ, ਮਿਲਦੇ ਤੁਹਾਨੂੰ ਅਗਲੇ ਬਲੌਗ ਵਿੱਚ। ਪਲੀਜ਼ ਬਣੇ ਰਹੋ ਮੇਰੇ ਨਾਲ। ਅੱਜ ਦੇ ਲਈ ਇੰਨਾ ਹੀ, ਬਾਏ ਬਾਏ।